एंटी ड्रग एसोसीएशन पंजाब के सूबा प्रधान मास्टर सतनाम सिंह मनावा के घर के बाहर कुछ व्यक्तियों ने धमकी भरे पत्र चिपकाए ने। मास्टर मनावा वालों इस संबंधी थाना खेमकरण विखे इतला दे दिती जा चुकी है। इस संबंधी जानकारी देते हुए मास्टर सतनाम सिंह मनावा ने दसिया कि वह पंजाब दे विच नशे के वगदे छेवें दरिया के विरोध में पंजाब दे विच ड्रग एसोसीएशन पंजाब के गठन किया गया सी। सरकार दे वल्लों सूबे भर के फैले नशे के जाल विरुद्ध विधि मुहिम में साडी संस्था वालों योगदान पाया जा रहा है। मास्टर मनावा ने यह भी कहा कि नशे के सौदागरों नूं साडे वल्लों नौजवानों नूं नशे तों बचाउण लई किते जा रहे उपराले नूं सहन करना औखा हो चुका है, जिस लई उह अपना कारोबार बंद हुंदा वेख के बोकलाहट विच आ गए ने, जिस लई मैनू डरा धमका के मेरे मिशन तो हटवाउण चाहुंदे ने। सो मनावा ने यह भी कहा कि मैं मर तां सकदा हाँ पर नशा खिलाफ़ उठाई गई आवाज़ नूं कदे बंद नहीं करांगा। इस करके कमेटी मैंबर भुपिंदर सिंह ने कहा कि इस एक पासे सरकार नशे खिलाफ़ योगदान देने लई कह रही है, पर जेकर कोई सरकार अते प्रशासन का सहयोग देने लई लोकां नशे दे खिलाफ़ लामबंद किया जा रहा है अते पिंडां दे विच जा के नशा विरोधी कमेटी का गठन किया जा रहा है। उन्होंने कहा कि जेकर मास्टर सतनाम सिंह मनावा नूं कुछ हुंदा है इसका जिम्मेवार थाना खेमकरण का SHO अते सरकार होवेगी। हाँ जी सर, की नाम अपने? भुपिंदर सिंह। ਤੇ ਕੀ ਮਾਮਲਾ ਕੀ ਹੈ ਜਿਹੜਾ ਚੇਅਰਮੈਨ ਸਾਹਿਬ ਨੂੰ ਜਿਹੜੀ ਧਮਕੀ ਮਿਲੀ ਹੈ ਉਹਨਾਂ ਦੇ ਘਰ ਦੇ ਦਰਵਾਜ਼ੇ ਤੇ ਪੋਸਟਰ ਲੱਗੇ? ਵੇਖੋ ਜੀ, ਮਾਮਲਾ ਤਾਂ ਇਹੀ ਹੈ ਕਿ ਅਸੀਂ ਜਿਹੜੇ ਆ ਕਿ ਨਸ਼ਿਆਂ ਦੇ ਵਿਰੁੱਧ ਆਵਾਜ਼ ਉਠਾਈ ਹੈ, ਠੀਕ ਹੈ ਜੀ। ਪਿੰਡ ਪਿੰਡ ਜਾ ਕੇ ਅਸੀਂ ਟੀਮਾਂ ਦਾ ਗਠਨ ਕੀਤਾ ਹੈ ਕਿ ਹਰ ਪਿੰਡ ਦੇ ਵਿੱਚੋਂ ਕਮੇਟੀਆਂ ਬਣਾਈਆਂ ਜਾਣ ਔਰ ਇਹਨਾਂ ਨਸ਼ਿਆਂ ਦੇ ਖਿਲਾਫ਼ ਬੋਲਿਆ ਜਾਵੇ ਔਰ ਜਿਹੜੇ ਸਮਗਲਰ ਨੇ ਉਹਨਾਂ ਨੂੰ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ। ਇਸੇ ਤਹਿਤ ਹੀ ਜਿਹੜਾ ਹੈ ਕਿ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ। ਸਾਡੀ ਇਹੀ ਪ੍ਰਸ਼ਾਸਨ ਨੂੰ ਅਪੀਲ ਆ ਕਿ ਸਤਨਾਮ ਸਿੰਘ ਨੂੰ ਜਿਹੜਾ ਹੈ ਕਿ ਉਹ ਸੁਰੱਖਿਆ ਮੁਹੱਈਆ ਕਰਵਾਈ ਜਾਵੇ, ਠੀਕ ਹੈ, ਅਤੇ ਜਿਹੜੀ ਬਣਦੀ ਕਾਰਵਾਈ ਹੈ ਸਮਗਲਰਾਂ ਦੇ ਉੱਪਰ ਕੀਤੀ ਜਾਵੇ। ਇਹ ਕਿਹੜੀ ਐਸੋਸੀਏਸ਼ਨ ਜਿਹੜੀ ਤੁਸੀਂ ਚਲਾ ਰਹੇ ਜੀ? ਕੀ ਨਾਂ? ਇਹ ਪੰਜਾਬ ਦੇ ਵਿੱਚ ਐਂਟੀ ਡਰੱਗ ਐਸੋਸੀਏਸ਼ਨ ਪੰਜਾਬ। ਕੋਈ ਇਤਲਾਹ ਦਿੱਤੀ ਜੀ ਇਸ ਸੰਬੰਧੀ ਥਾਣੇ? ਜੀ ਜੀ। ਕੋਈ ਹੋਈ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਪਹੁੰਚਿਆ ਅੱਜ ਤੱਕ ਤੁਹਾਡੇ ਕੋਲ? ਨਹੀਂ ਜੀ, ਕੋਈ ਨਹੀਂ ਅੱਜ ਤੱਕ ਸਾਡੇ ਕੋਲ ਪਹੁੰਚਿਆ ਜੀ। ਹੁਣ ਕੀ ਸਿਕਿਉਰਿਟੀ ਨੂੰ ਲੈ ਕੇ ਮੰਗ ਕਰ ਰਹੇ ਜੀ ਕਿ ਉਹ ਇਹ ਜਿਹੜੇ ਵਿਅਕਤੀ ਨੇ ਇਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ? ਅਸੀਂ ਦੋਵੇਂ ਜੀ ਸਿਕਿਉਰਿਟੀ ਨੂੰ ਵੀ ਮੰਗ ਕਰ ਰਹੇ ਹਾਂ, ਸਤਨਾਮ ਸਿੰਘ ਨੂੰ ਸਿਕਿਉਰਿਟੀ ਵੀ ਦਿੱਤੀ ਜਾਵੇ ਔਰ ਉਹਦੇ ਨਾਲ ਨਾਲ ਜਿਹੜਾ ਇਹ ਪੋਸਟਰ ਜਿਨ੍ਹਾਂ 'ਚ ਲਿਖੇ ਹੋਏ ਆ ਲਾਏ ਹੋਏ ਆ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ। ਹਾਂਜੀ ਚੇਅਰਮੈਨ ਸਾਹਿਬ, ਇੱਕ ਜਿਹੜੇ ਤੁਹਾਡੇ ਘਰ ਦੇ ਦਰਵਾਜ਼ੇ 'ਤੇ ਜਿਹੜੇ ਪੋਸਟਰ ਲਾਏ ਗਏ ਕਿ ਜਾਨੋਂ ਮਾਰਨ ਦੀਆਂ ਤੁਹਾਨੂੰ ਧਮਕੀਆਂ ਦਿੱਤੀਆਂ, ਕੀ ਮਾਮਲਾ ਕੀ ਹੈ ਸਰ? ਹਾਂਜੀ ਵੇਖੋ ਜੀ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਡਰੱਗ ਐਸੋਸੀਏਸ਼ਨ ਚਲਾਈ ਆ, ਉਹਦੇ ਤਹਿਤ ਅਸੀਂ ਨਸ਼ੇ ਦੇ ਖਿਲਾਫ਼ ਜਿਹੜੀ ਆ ਬੜੀ ਵੱਡੀ ਮੁਹਿੰਮ ਜਿਹੜੀ ਵਿੱਢੀ ਹੋਈ ਆ ਔਰ ਮੈਂ ਸਮਝਦਾ ਕਿ ਅਸੀਂ ਜਿਸ ਤਰ੍ਹਾਂ ਨਸ਼ੇ ਦੇ ਖਿਲਾਫ਼ ਚੱਲ ਰਹੇ ਹਾਂ, ਜਿਸ ਤਰ੍ਹਾਂ ਨੌਜਵਾਨ ਪੀੜ੍ਹੀ ਜਿਹੜੀ ਆ ਪੰਜਾਬ ਦੇ ਵਿੱਚ ਬਰਬਾਦ ਹੋ ਰਹੀ ਨਸ਼ਿਆਂ ਦੇ ਵਿੱਚ, ਇਹ ਕਿਸੇ ਨਸ਼ਾ ਤਸਕਰ ਦਾ ਕੰਮ ਹੈ, ਕਿਸੇ ਵੱਡੇ ਸਮਗਲਰ ਦਾ ਕੰਮ ਹੈ, ਕਿਉਂਕਿ ਅਸੀਂ ਕਿਹਾ ਸੀ ਕਿ ਅਸੀਂ ਆਉਂਦੇ ਦਿਨਾਂ ਦੇ ਵਿੱਚ ਉਹਨਾਂ ਦੇ ਜਿਹੜੇ ਨਾਂ ਹੈ ਉਹ ਨਸ਼ਰ ਕਰਾਂਗੇ ਔਰ ਇਸੇ ਦੁੱਖੋਂ ਹੀ ਜਿਹੜੇ ਕਿਉਂਕਿ ਨਸ਼ੇ ਦਾ ਜਿਹੜਾ ਬਹੁਤ ਵੱਡਾ ਵਪਾਰ ਹੈ, ਨਸ਼ੇ ਦਾ ਵਪਾਰ ਇੰਨਾ ਵੱਡਾ ਹੈ ਕਿ ਸਾਰਾ ਪੰਜਾਬ ਹੀ ਮੇਰੇ ਖਿਆਲ ਨਾਲ ਇਹਨਾਂ ਆਪਦਾ ਗਾਹਕ ਬਣਾ ਲਿਆ ਹੈ। ਇਸ ਵਿੱਚ ਇਸ ਵਕਤ ਜਿਹੜੀ ਕਿੰਨੀ ਨੌਜਵਾਨੀ ਮਰ ਰਹੀ ਆ ਇਸੇ ਡਰ ਤੋਂ ਕਿ ਆਵਾਜ਼ ਬੰਦੇ ਉਠਾ ਰਹੇ ਨੇ ਅਤੇ ਅਸੀਂ ਇਹਨਾਂ ਨੂੰ ਧਮਕੀ ਦੇਵਾਂਗੇ, ਪਰ ਮੈਂ ਇਹਨਾਂ ਧਮਕੀਆਂ ਤੋਂ ਡਰਨ ਵਾਲਾ ਨਹੀਂ। ਮੈਂ ਸਮਝਦਾ ਹਾਂ ਕਿ ਸ਼ੁਕਰ ਹੈ ਕਿ ਅਸੀਂ ਮਿਹਨਤ ਕਰ ਰਹੇ ਹਾਂ ਅਤੇ ਇਹਨਾਂ ਨੂੰ ਡਰ ਪੈਦਾ ਹੋਇਆ ਹੈ, ਇਹ ਬਖਲਾਅ ਉੱਠੇ ਨੇ ਅਤੇ ਔਰ ਬਖਲਾਹਟ ਦਾ ਨਤੀਜਾ ਹੈ ਕਿ ਇਹਨਾਂ ਮੇਰੇ ਘਰ ਦੇ ਜਿਹੜੇ ਗੇਟ ਦੇ ਬਾਹਰ ਅੱਜ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਮੈਨੂੰ ਉਹਨਾਂ ਕਿਹਾ ਕਿ ਤੇਰਾ ਹਾਲ ਸਿੱਧੂ ਮੂਸੇਵਾਲਾ ਅਸੀਂ ਕਰਨਾ। ਕੋਈ ਇਤਲਾਹ ਦਿੱਤੀ ਇਸ ਸੰਬੰਧੀ? ਹਾਂ, ਇਸ ਸੰਬੰਧੀ ਅਸੀਂ ਥਾਣਾ ਖੇਮਕਰਨ ਨੂੰ ਜਿਹੜੀ ਆ ਦਰਖਾਸਤ ਦੇ ਦਿੱਤੀ ਆ। ਕੋਈ ਹੋਈ ਅੱਜ ਤੱਕ ਕਾਰਵਾਈ ਜਾਂ ਕੋਈ ਤੁਹਾਨੂੰ ਸਿਕਿਉਰਿਟੀ ਦੇ ਵਗੈਰਾ ਮਿਲੀ? ਕੋਈ ਨਹੀਂ, ਸਿਕਿਉਰਿਟੀ ਬਿਲਕੁਲ ਨਹੀਂ ਅਜੇ, ਅਤੇ ਮੇਰੇ ਖਿਆਲ ਨਾਲ ਕੋਈ ਜਾਂ ਇਹ ਚਾਹੁੰਦੇ ਨੀਗੇ ਕਿ ਨਸ਼ੇ ਦੇ ਵਿਰੁੱਧ ਕੋਈ ਆਵਾਜ਼ ਬੁਲੰਦ ਕਰੇ। ਮੈਨੂੰ ਅਜੇ ਤੱਕ ਕੋਈ ਵੀ ਇਸ ਪ੍ਰਕਾਰ ਦੀ ਨਾ ਸਿਕਿਉਰਿਟੀ ਦੇ ਰਿਗਾਰਡਿੰਗ ਮੈਂ ਜਿਹੜੀ ਆ ਮਾਨਯੋਗ ADGP ਸਾਹਿਬ ਸ਼੍ਰੀਵਾਸਤਵ ਜੀ ਉਹਨਾਂ ਨੂੰ ਪਰਸਨਲੀ ਪਹਿਲਾਂ ਜਾ ਕੇ ਮਿਲਿਆ ਸਾਂ 30 ਦਸੰਬਰ ਨੂੰ, ਉੱਥੇ ਅਸੀਂ ਉਹਨਾਂ ਦੇ ਮੈਂ ਆਫਿਸ ਹੋ ਗਿਆ ਹਾਂ, ਪਰ ਅਜੇ ਤੱਕ ਕੋਈ ਸੁਰੱਖਿਆ ਦਾ ਨਹੀਂ ਦਿੱਤਾ ਗਿਆ। ਕੀ ਮੰਗ ਕਰਦੇ ਹੁੰਦੇ? ਮੈਂ ਇਹੋ ਹੀ ਮੰਗ ਕਰਦਾ ਕਿ ਵੇਖੋ, ਮੈਂ ਆਪਦੇ ਲਈ ਤਾਂ ਕੰਮ ਕਰਦਾ ਨਹੀਂ, ਮੈਂ ਇੱਕ ਸਮਾਜ ਸੇਵਾ ਕਰਨ ਡਿਆ ਔਰ ਵੇਖੋ ਸਾਰੇ ਪੰਜਾਬ ਨੂੰ ਪਤਾ ਹੈ ਕਿ ਇਸ ਵਕਤ ਪੰਜਾਬ ਦੇ ਹਾਲਾਤ ਕੀ ਨੇ, ਅਤੇ ਜੇ ਕੋਈ ਬੰਦਾ ਆਵਾਜ਼ ਉਠਾਉਂਦਾ ਹੈ ਤਾਂ ਉਹਦੀ ਸੁਰੱਖਿਆ ਉਹਦੇ ਪਰਿਵਾਰ ਦੀ ਸੁਰੱਖਿਆ ਕਰਨਾ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ, ਅਤੇ ਜੇ ਅਸੀਂ ਸੁਰੱਖਿਅਤ ਨਹੀਂ ਹੋਵਾਂਗੇ, ਸਾਡਾ ਪਰਿਵਾਰ ਸੁਰੱਖਿਅਤ ਨਹੀਂ ਹੋਵੇਗਾ ਤਾਂ ਅਸੀਂ ਕੰਮ ਕਿੱਦਾਂ ਕਰਾਂਗੇ।